ਜੀ ਸਿੰਘ ਸਾਹਿਬ ਜੀ ਅੱਜ ਫਿਲਮ ਤੇ ਰੋਕ ਲਗਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਮ ਦਾਸਤਾਨੇ ਸਰੰਦ ਇਸ ਸ਼੍ਰੋਮਣੀ ਗੋਦ ਅਰ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਪਰ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਵੱਲੋਂ ਇਹ ਫਿਲਮ ਰਿਲੀਜ਼ ਕਰਨ ਲਈ 3 ਨਵੰਬਰ ਦਾ ਐਲਾਨ ਕਰ ਦਿੱਤਾ ਗਿਆ ਜੈਦਾ ਤੇ ਸੀ ਕਿ ਸ਼ਰੌਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਿੰਘ ਸਾਬਾ ਨੂੰ ਪ੍ਰੋਸਟ ਲੈ ਕੇ ਉਹ ਫਿਲਮ ਰਿਲੀਜ਼ ਕਰਨ ਦਾ ਐਲਾਨ ਕਰਦੇ ਕਿਉਂਕਿ ਇਹਦੇ ਕੁਝ ਇਸ਼ੂ ਜਿਹੜੇ ਉਹ ਸ਼ਰੌਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਧਾਰਮਿਕ ਜਿਹੜੀਆਂ ਸਾਡੀਆਂ ਪੰਥੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਆਏ ਸੀ ਇਸੇ ਕਰਕੇ ਇਹ ਫਿਲਮ ਨੂੰ ਰਿਲੀਜ਼ ਨਾ ਕਰਨ ਲਈ ਅਸੀਂ ਉਹਨਾਂ ਨਿਰਵਾਤਾ ਨਿਰਦੇਸ਼ਕ ਨੂੰ ਪਹਿਲਾਂ ਵੀ ਕਿਹਾ ਗਿਆ ਸੀ ਹੁਣ ਵੀ ਇੱਕ ਕਮੇਟੀ ਬਣੀ ਸੀ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸਚਕਣ ਚੇਹੇਮੰਦਰ ਸਾਹਿਬ ਪੀਏ 2 ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਹਦਾ ਸਿੰਘ ਅਕਾਲ ਤਖਸਰ ਉਹਨਾਂ ਦੇ ਪੀਏ ਸਤਾਰਜੀਤ ਸਿੰਘ ਅਤੇ ਸਤਾਰ ਜੁਗੇਸ਼ਵਰ ਸਿੰਘ ਇੰਚਾਰਜ ਸਿੱਖ ਇਤਿਹਾਸ ਸਚ ਬੋਰਡ ਦੀ ਗਵਾਈ ਚ ਔਰ ਉਹ ਕੋਜੇ ਕਾਰਨਾ ਕਰਕੇ ਸਿੰਘ ਸਾਹਿਬਾਨ ਫਿਲਮ ਨੂੰ ਤੁਹਾਡਾ ਡਰਾਓ ਸ਼ੋਅ ਵੇਖ ਨਹੀਂ ਸਕੇ ਕਿਉਂਕਿ ਜੇ ਵੇਖਦੇ ਤੇ ਉਹ ਜੇ ਕੋਈ ਇਤਰਾਜ਼ ਸੀ ਉਹ ਦੂਰ ਹੋ ਜਾਣਾ ਸੀ ਤੇ ਹੁਣ ਅਸੀਂ ਉਹਨਾਂ ਨੂੰ ਨਿਰਮਾਤਾ ਦਰਸ਼ਕ ਨੂੰ ਅਪੀਲ ਕੀਤੀ ਆ ਕਿ ਉਹ ਫਿਲਮ ਰਿਲੀਜ਼ ਨਾ ਕਰਕੇ ਸਿੰਘ ਸਾਹਿਬਾਨ ਨੂੰ ਮਿਲ ਲੈਣ ਤੇ ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਸਿੰਘ ਸਾਹਿਬ ਕੋ ਗਏ ਨੇ ਤੇ ਮੇਰਾ ਖਿਆਲ ਆ ਕਿ ਉਹ ਫਿਲਮ ਨੂੰ ਡਿਲੇ ਕਰ ਦੇਣਗੇ ਦੇਸ਼ ਦੇ ਪ੍ਰਧਾਨ ਮੰਤਰੀ